ਘਨੌਰ ਦੇ ਨਜ਼ਦੀਕੀ ਪਿੰਡ ਲੋਹਸਿੰਬਲੀ ਵਿਖੇ ਸੰਗਤ ਦਰਸ਼ਨ ਦੌਰਾਨ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਕਿਸਾਨਾਂ ਨੇ ਖਰਾਬ ਹੋਈ ਫਸਲ ਦੀ ਮੁਆਵਜ਼ਾ ਰਾਸ਼ੀ ਨਾ ਮਿਲਣ ਕਾਰਨ ਪਟਵਾਰੀਆਂ ਪ੍ਰਤੀ ਰੋਸ ਪ੍ਰਗਟ ਕੀਤਾ। ਇਸ ਮੌਕੇ SDM ਰਾਜਪੁਰਾ ਸ਼ਿਵ ਕੁਮਾਰ, ਤਹਿਸੀਲਦਾਰ ਹਰਸਿਮਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇੱਕ ਇੱਕ ਕਰਕੇ ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਹਨਾਂ ਆਖਿਆ ਕਿ ਇਸ ਮਾਮਲੇ 'ਚ ਜਿਹੜੇ ਪਟਵਾਰੀਆਂ ਨੇ ਆਪਣੀ ਡਿਊਟੀ ਦੌਰਾਨ ਅਣਗਹਿਲੀ ਵਰਤੀ ਹੈ, ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਨੇ ਇੱਕ ਪਛੜਿਆ ਹਲਕਾ ਘਨੌਰ ਜਿਹਦੇ ਕੰਮ ਕਰਾ ਕੇ, ਚਾਹੇ ਮੰਡੀਆਂ ਦੇ ਕੰਮ, ਟੋਟਲ ਮੰਡੀਆਂ ਦੇ ਕੰਮ ਚੱਲ ਰਹੇ ਹਨ, ਸਾਰੀਆਂ ਸੜਕਾਂ ਟੋਟਲ ਹੁਣ ਫਿਰਨੀਆਂ ਦੇ ਵੀ ਕੰਮ ਸ਼ੁਰੂ ਹੋ ਗਏ। ਮੇਰਾ ਕਹਿਣ ਦਾ ਕੋਈ ਕੰਮ ਬਕਾਇਆ ਰਹਿਣਾ ਹੀ ਨਹੀਂ ਘਨੌਰ ਹਲਕੇ ਦਾ। ਅੱਜ ਨਵਾਂ ਹੋਸਪਿਟਲ 50 ਬੈੱਡ ਦਾ, ਉਹਦੇ ਵੀ ਨਹੀਂ ਪੱਥਰ ਆ ਇਸ ਮਹੀਨੇ, ਇਹ ਪਹਿਲੇ ਅਗਲੇ ਜਨਵਰੀ ਦਾ ਰੱਖਿਆ ਜਾਣ ਜਾ ਰਿਹਾ। ITI ਘਨੌਰ ਬਣ ਰਹੀ ਹੈ, ਜਿੰਨੇ ਮੇਰੇ ਕੰਮ ਸੀ ਪਿਛਲੇ, ਬਸ ਇੱਕੋ ਪਾਣੀ ਰਹਿ ਗਿਆ ਪਾਣੀਆਂ ਦਾ। ਜਿਸ ਦਿਨ ਇਹਨਾਂ ਦਾ ਕੇਸ SYL ਵਾਲਾ ਨਿਬੜ ਗਿਆ ਜਾਂ ਇਹਨਾਂ ਪਾਣੀ ਦੇ ਮਸਲੇ ਹੱਲ ਹੋ ਗਏ, ਇਹ ਜਿਹੜੀ ਇਹਨਾਂ ਪਿੰਡਾਂ 'ਚ ਸਿੰਚਾਈ ਦਾ ਕੰਮ ਆ, ਜਿਵੇਂ ਇੱਥੇ ਪਹਿਲਾਂ ਇੱਕ ਵਾਰੀ ਬੀਬੀ ਭੱਠਲ ਨੇ ਨਹੀਂ ਪੱਥਰ ਰੱਖਿਆ ਸੀ, ਜਸ਼ੀਤ ਰੰਧਾਵਾ ਨੇ ਰਖਾਇਆ ਸੀ ਲਿਫਟ ਸਿਸਟਮ ਦਾ, ਉਹ ਵੀ ਮੈਂ ਚਾਲੂ ਕਰਾਊਂਗਾ ਜਿਸ ਨੇ ਫੈਸਲਾ ਨਿਬੜ ਗਿਆ। ਕੁਛ ਕਿਸਾਨਾਂ ਦਾ ਰੋਲ ਪੈ ਕੇ ਪਟਵਾਰੀਆਂ ਨੇ ਉਹਨਾਂ ਕੋਲੋਂ ਖਰਾਬੇ ਦੇ ਨਾਮ 'ਤੇ ਪੈਸੇ ਇਕੱਠੇ ਕਰ ਲਏ, ਉਹਨਾਂ ਦੇ ਖਾਤੇ 'ਚ ਕੁਛ ਨਹੀਂ ਦਿੱਤਾ। ਮੈਂ SDM ਸਾਹਿਬ ਨੂੰ, ਰਾਜਪੁਰਾ ਤਹਿਸੀਲਦਾਰ ਸਾਹਿਬ ਰਾਜਪੁਰਾ, ਨਾਇਬ ਤਹਿਸੀਲਦਾਰ ਕਨਗੋ ਸਾਹਿਬ, ਸਾਰਿਆਂ ਨੂੰ ਇਕੱਠੇ ਕਰਕੇ ਇੱਥੇ ਲੈ ਆਇਆ ਆਮ ਜਨਤਾ ਦੇ ਸਾਹਮਣੇ, ਵੀ ਜਿਹੜਾ ਲਿਖਾ ਜੋਖਾ ਹੈਗਾ, ਜੋ ਪਟਵਾਰੀਆਂ 'ਤੇ ਇਹ ਦੋਸ਼ ਲਾ ਰਹੇ ਨੇ ਜ਼ਿਮੀਂਦਾਰ, ਇਹ ਠੀਕ ਆ ਕਿ ਗਲਤ ਆ? ਇਹਦੇ ਪ੍ਰਤੀ ਅੱਜ ਪਿੰਡ ਦੇ ਵਿੱਚ ਸਾਰੇ ਪਿੰਡ ਨੂੰ ਇਕੱਠਾ ਕਰਕੇ ਇੱਥੇ ਸੰਗਤ ਦਰਸ਼ਨ ਕਰਕੇ ਇਹਨਾਂ ਦਾ ਸਾਰਾ ਕੁਛ ਲਿਖ ਰਿਹਾ, ਵੀ ਕਿੰਨੇ ਕਿੰਨੇ ਪੈਸੇ ਕਿਹੜੇ ਕਿਹੜੇ ਜ਼ਿਮੀਂਦਾਰ ਨੇ ਦਏ, ਕਿਉਂ ਦਏ, ਕਿਵੇਂ ਦਏ। ਹੁਣ SDM ਸਾਹਿਬ ਨੋਟ ਕਰ ਰਹੇ ਹਾਂ, ਜਿਸ ਬੰਦਿਆਂ ਨੇ ਗਲਤ ਕੰਮ ਕਰਿਆ ਉਸ ਬੰਦੇ ਨੂੰ ਸਜ਼ਾ ਜ਼ਰੂਰ ਮਿਲੂਗੀ।